ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁੱਖ ਮਿਟਾਇਆ। ਹੇ ਭਾਈ, ਜਦੋਂ ਆਪਣੇ ਗੁਰ ਪੂਜਨੀਕ ਚੇਤਨ ਸਰੂਪ ਸਤਿਗੁਰੂ ਜੀ ਦਾ ਸਿਮਰਨ ਸਿਮਰਿਆ ਤਾਂ ਸਗਲਾ ਸਾਰਾ ਜੰਮਣ ਮਰਨ ਆਦਿ ਦਾ ਦੁੱਖ ਕਹੀਏ ਕਸ਼ਟ ਗੁਰਾਂ 'ਤੇ ਮਿਟਾਇਆ ਮਿਟਾ ਦਿੱਤਾ। ਅਤੇ ਤਾਪ ਰੋਗ ਗਏ ਗੁਰਬਚਨੀ, ਮਨ ਇੱਛੇ ਫਲ ਪਾਇਆ। ਗੁਰਬਚਨੀ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਣੇ ਕਰਕੇ ਆਦੀ ਵਿਆਦੀ ਉਪਾਧੀ ਸੀਤਲਾ ਆਦਿ ਤਾਪ ਅਵਿਦਿਆ ਰੂਪੀ ਸਾਰੇ ਰੋਗ ਵੀ ਚਲੇ ਗਏ। ਅਤੇ ਮਨ ਬਾਂਛਤ ਫਲਾਂ ਨੂੰ ਪਾ ਲਿਆ ਹੈ। ਰਹਾਉ ਮਾਫ਼ ਕਰਨਾ, ਕਿਉਂਕਿ ਮੇਰਾ ਗੁਰ ਪੂਰਾ ਸੁਖਦਾਤਾ, ਮੇਰੇ ਪੂਰਨ ਸਤਿਗੁਰੂ ਜੀ ਆਪ ਸੁੱਖਾਂ ਦੇ ਦੇਣ ਵਾਲੇ ਹਨ। ਕਰਨ ਕਾਰਨ ਸਮਰੱਥ ਸੁਆਮੀ, ਪੂਰਨ ਪੁਰਖ ਵਿਧਾਤਾ ਰਹਾਉ। ਜੋ ਸਮਰੱਥ ਸਰਬ ਸ਼ਕਤੀਵਾਨ ਸੁਆਮੀ ਮਾਲਕ ਪਰਮੇਸ਼ਰ, ਸਾਰਿਆਂ ਕਾਰਜਾਂ ਨੂੰ ਕਰਨ ਵਾਲੇ, ਸਾਰਿਆਂ ਥਾਵਾਂ ਵਿੱਚ ਵਿਆਪਕ ਪੁਰਖ, ਪੂਨਾਮ ਨਰਕ ਆਦਤਾਂ ਤੋਂ ਰੱਖ ਰੱਖਿਆ ਕਰਨ ਵਾਲੇ ਅਤੇ ਸਭ ਨੂੰ ਕਰਮਾਂ ਅਨੁਸਾਰ ਵਿਧਾਤਾ ਫਲਬਰ ਦਾਤੇ ਹਨ। ਰਹਾਓ ਸਤਿਗੁਰੂ ਬਿਸਰਾਮ ਦੇ ਕੇ ਕਿਰਪਾ ਕਰਦੇ ਆ। ਆਨੰਦ ਬਿਨੋਦ ਮੰਗਲ ਗੁਣ ਗਾਵੋ, ਗੁਰੂ ਨਾਨਕ ਭਏ ਦਇਆਲਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਦੋਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਿਆਲਾ ਕਿਰਪਾਲੂ ਹੋਏ ਤਾਂ ਆਨੰਦਦਾਇਕ ਬਿਨੋਦ ਕੌਤਕਾਂ ਨੂੰ ਕਰਨ ਵਾਲੇ ਪਰਮੇਸ਼ਰ ਦੇ ਮੰਗਲ ਖੁਸ਼ੀ ਉਤਸ਼ਾਹ ਦੇ ਸਹਿਤ ਗੁਣਾਂ ਨੂੰ ਗਾਉਣਾ ਕੀਤਾ। ਇਸੇ ਕਰਕੇ ਜੈ ਜੈਕਾਰ ਭਏ ਜਗ ਭੀਤਰ, ਹੋਆ ਪਾਰ ਬ੍ਰਹਮ ਰਖਵਾਲਾ। ਇਸੇ ਕਰਕੇ ਸਤਿਗੁਰਾਂ ਦਾ ਸਾਰੇ ਸੰਸਾਰ ਦੇ ਭੀਤਰ ਅੰਦਰ ਜੈ ਜੈਕਾਰ ਹੋ ਰਿਹਾ ਹੈ, ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਆਪ ਰੱਖਿਆ ਕਰਨ ਵਾਲਾ ਹੋਇਆ। ਹੇ ਭਾਈ, ਜਦੋਂ ਪਾਰ ਬ੍ਰਹਮ ਪਰਮੇਸ਼ਰ ਸਰੂਪ ਸਤਿਗੁਰੂ ਰਾਮਦਾਸ ਜੀ ਆਪ ਰੱਖਿਆ ਕਰਨ ਵਾਲੇ ਸਹਾਇਕ ਹੋਏ ਤਾਂ ਸਾਰੇ ਸੰਸਾਰ ਅੰਦਰ ਜੈ ਜੈਕਾਰ ਦੇ ਸ਼ਬਦ ਪ੍ਰਗਟ ਹੋ ਗਏ। ਸੋਰਠ ਮਹੱਲਾ ਪੰਜਵਾਂ, ਹਮਰੀ ਗਣਤ ਨਗਣੀਆਂ ਕਾਈ, ਆਪਣਾ ਬਿਰਧ ਪਛਾੜ। ਹੇ ਭਾਈ, ਅਕਾਲ ਪੁਰਖ ਨੇ ਆਪਣੇ ਸੇਵਕ ਜਾਣ ਕੇ ਸਾਡੇ ਚੰਗੇ ਮਾੜੇ ਕਰਮਾਂ ਦੀ ਕੋਈ ਗਿਣਤੀ ਨਹੀਂ ਗਿਣੀ, ਕਿਉਂਕਿ ਪਰਮੇਸ਼ਰ ਨੇ ਆਪਣਾ ਬਿਰਧ ਪ੍ਰਾਣਹੀਣ ਪਛਾਣਿਆ ਹੈ। ਸਗੋਂ ਆਪਣਾ ਮੁੱਢ ਕਦੀਮਾਂ ਦਾ ਬਿਰਧ ਸੁਭਾਅ ਪਛਾਣਦਿਆਂ ਸਾਨੂੰ ਬਖਸ਼ਣਾ ਕੀਤਾ ਹੈ। ਹੱਥ ਦੇ ਰਾਖੇ ਕਰੇ ਆਪਣੇ, ਸਦਾ ਸਦਾ ਰੰਗ ਮਾਣ। ਹੇ ਭਾਈ, ਮਹਾਰਾਜ ਸਾਹਿਬ ਜੀ ਨੇ ਆਪ ਦੇ ਦਾਸਾਂ ਨੂੰ ਕਿਰਪਾ ਰੂਪੀ ਹੱਥ ਦੇ ਕਰਕੇ ਰੱਖ ਲਿਆ ਹੈ। ਇਸ ਕਰਕੇ ਅਸੀਂ ਹੁਣ ਹਮੇਸ਼ਾ ਹਮੇਸ਼ਾ ਹੀ ਉਸ ਦੇ ਸਰੂਪ ਦਾ ਰੰਗ ਆਨੰਦ ਮਾਣਦੇ ਹਾਂ। ਰਹਾਓ ਮਾਫ਼ ਕਰਨਾ, ਕਿਉਂਕਿ ਸਾਚਾ ਸਾਹਿਬ ਸਦ ਮਿਹਰਵਾਨ। ਉਹ ਸੱਚਾ ਸਾਹਿਬ ਮਾਲਕ ਪਰਮੇਸ਼ਰ ਹਮੇਸ਼ਾ ਹੀ ਮਿਹਰਵਾਨ ਕਿਰਪਾਲੂ ਹੈ। ਬੰਧ ਪਾਇਆ ਮੀਰੈ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਰਹਾਓ
ਸਾਡੇ ਪੂਰਨ ਸਤਿਗੁਰਾਂ ਨੇ ਜੋ ਮਨ ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਕੱਢ ਰਿਹਾ ਸੀ ਉਸ ਨੂੰ ਸੰਤੋਖ ਰੂਪੀ ਬੰਨ ਪਾ ਦਿੱਤਾ, ਅਰਥਾਤ ਜਿਸ ਪ੍ਰਕਾਰ ਦਰਿਆ ਨੂੰ ਬੰਨ ਮਾਰ ਕੇ ਰੋਕ ਦੇਈਦਾ ਹੈ, ਇਸੇ ਤਰ੍ਹਾਂ ਮਨ ਰੂਪ ਦਰਿਆ ਨੂੰ ਗੁਰਾਂ ਨੇ ਸ਼ਬਦ ਰੂਪ ਬੰਨਾ ਪਾ ਕੇ ਰੋਕ ਦਿੱਤਾ ਹੈ, ਜਿਸ ਕਰਕੇ ਸਾਰੇ ਤਰ੍ਹਾਂ ਦੀ ਕਲਿਆਣ ਖੁਸ਼ੀ ਪ੍ਰਾਪਤ ਹੋ ਆਈ ਹੈ। ਰਹਾਉ, ਸਤਿਗੁਰੂ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਆ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿਸ ਵਾਹਿਗੁਰੂ ਨੇ ਜੀਵ ਆਤਮਾ ਵਿੱਚ ਆਪਣੀ ਚੇਤਨ ਸੱਤਾ ਪਾ ਕਰਕੇ ਪਿੰਡ ਸਥੂਲ ਸਰੀਰ ਸਾਜਣਾ ਕੀਤਾ ਹੈ ਅਤੇ ਫਿਰ ਸਾਰਿਆਂ ਜੀਵਾਂ ਨੂੰ ਤਨ ਅਤੇ ਪਹਿਨਣ ਪਹਿਨਣ ਲਈ ਵਸਤਰ ਅਤੇ ਖਾਣ ਵਾਸਤੇ ਭੋਜਨ ਦੇਣਾ ਕੀਤਾ ਹੈ, ਸ਼ਰਵਣ ਰੂਪ ਭੋਜਨ ਅਤੇ ਮੰਨਣ ਰੂਪ ਵਸਤਰ ਦੇਣਾ ਕੀਤਾ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿਗੁਰ ਬਾਣ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਪਰਮੇਸ਼ਰ ਨੇ ਆਪਣੇ ਦਾਸ ਸੇਵਕਾਂ ਦੀ ਆਪ ਪੈਜ ਇੱਜ਼ਤ ਰੱਖਣਾ ਕੀਤੀ ਹੈ, ਜਿਸ ਕਰਕੇ ਅਸੀਂ ਉਸ ਵਾਹਿਗੁਰੂ ਤੋਂ ਹਮੇਸ਼ਾ ਹੀ ਕੁਰਬਾਨ ਬਲਹਾਰ ਜਾਂਦੇ ਹਾਂ। ਸੋਰਠ ਮਹੱਲਾ ਪੰਜਵਾ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਹੇ ਭਾਈ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੇ ਆਪ ਹੀ ਸੇਵਕਾਂ ਦੇ ਹਿਰਦੇ ਅੰਦਰ ਜੋ ਦਵੈਤ ਵਿੱਚ ਪ੍ਰੀਤੀ ਕਰਨ ਵਾਲਾ ਦੁਰਤ ਪਾਪ ਸੀ ਉਹ ਆਪ ਹੀ ਗਵਾ ਦਿੱਤਾ ਹੈ। ਸਾਡੇ ਪੂਰਬਲੇ ਦੁਰਤ ਪਾਪ ਨੂੰ ਹਰੀ ਪ੍ਰਭੂ ਵਾਹਿਗੁਰੂ ਜੀ ਨੇ, ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਗਵਾ ਦਿੱਤਾ ਹੈ ਅਤੇ ਸਾਰੇ ਸੰਸਾਰ ਜਗਤ ਦੇ ਕਸ਼ਟਾਂ ਤੋਂ ਬਚਾ ਲਿਆ ਹੈ। ਸਾਰੇ ਸੰਸਾਰ ਨੂੰ ਕਿਰਪਾ ਰੂਪੀ ਹੱਥ ਦੇ ਕੇ ਬਚਾਉਣ ਵਾਲਾ ਹੈ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਧ ਸਮਾਰਿਆ। ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਪਾਰ ਬ੍ਰਹਮ ਪਰਮੇਸ਼ਰ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਆਪਣਾ ਬਿਰਧ ਪ੍ਰਾਣ ਸਮਾਰਿਆ ਚੇਤੇ ਰੱਖਿਆ ਹੈ, ਭਾਵ ਮੁੱਢ ਕਦੀਮਾਂ ਦਾ ਸੁਭਾਅ ਚੇਤੇ ਰੱਖਿਆ ਹੈ। ਹੋਈ ਰਾਜੇ ਰਾਮ ਕੀ ਰਖਵਾਲੀ। ਹੇ ਭਾਈ, ਪ੍ਰਕਾਸ਼ ਸਰੂਪ ਰਾਮ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੀ ਸਾਡੀ ਰੱਖਿਆ ਕਰਨ ਵਾਲੀ ਹੋਈ ਹੈ। ਸੁਖ ਸਹਿਜ ਆਨਦ ਗੁਣ ਗਾਵੋ, ਮਨ ਤਨ ਦੇਹ ਸੁਖਾਲੀ ਰਹਾਉ। ਸੁਖ ਸਹਿਜ ਅਡੋਲ ਸੁਖ, ਅਚੁੱਤ ਸੁਖ ਦੇ ਦੇਣ ਵਾਲੇ ਆਨੰਦ ਸੁਖ ਸਰੂਪ ਪਰਮੇਸ਼ਰ ਦੇ ਗੁਣ ਗਾਉਣ ਕਰਕੇ ਮਨ ਸੂਖਮ ਸਰੀਰ, ਤਨ ਸਥੂਲ ਸਰੀਰ ਅਤੇ ਕਾਰਨ ਦੇਹੀ ਬੁੱਧ ਰੂਪ ਦੇਹੀ ਵੀ ਸੁੱਖਾਂ ਵਾਲੀ ਹੋ ਗਈ ਹੈ। ਰਹਾਉ, ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਪਤਿਤ ਉਦਾਹਰਣ ਸਤਿਗੁਰ ਮੇਰਾ, ਮੋਹ ਤਿਸਕਾ ਪਰਵਾਸਾ। ਹੇ ਭਾਈ, ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਪਤਿਤ ਪਾਪੀਆਂ ਦਾ ਉਦਾਹਰਣ ਉਧਾਰ ਕਰਨ ਵਾਲੇ ਹਨ, ਇਸ ਕਰਕੇ ਮੋਹੇ ਮੈਨੂੰ ਭਾਵ ਸਾਨੂੰ ਤਾਂ ਉਸ ਵਾਹਿਗੁਰੂ ਰੂਪ ਸਤਿਗੁਰਾਂ ਦਾ ਹੀ ਭਰਵਾਸਾ ਭਰੋਸਾ ਹੈ, ਆਸਰਾ ਹੈ। ਬਖਸ਼ ਲਏ ਸਭ ਸੱਚੈ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਡੀ ਜਨਾਂ ਦੀ ਅਰਦਾਸਾ ਬੇਨਤੀ ਨੂੰ ਸੁਣ ਕੇ ਸੱਚੇ ਸਾਹਿਬ ਮਾਲਕ ਨੇ ਸਾਰੇ ਆਪਣੇ ਜਾਣ ਕੇ ਬਖਸ਼ ਲਏ ਹਨ।
ਸੋਰਠ ਮਹੱਲਾ ਪੰਜਵਾ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ। ਹੇ ਭਾਈ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਪਰਮੇਸ਼ਰ ਵਾਹਿਗੁਰੂ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 'ਤੇ ਬਖਸ਼ਿਸ਼ ਕੀਤੀ ਹੈ, ਬਖਸ਼ ਲਿਆ ਹੈ ਅਤੇ ਉਹਨਾਂ ਦੇ ਸਾਰੇ ਤਾਪ ਸੀਤਲਾ ਆਦਿ ਦੇ ਰੋਗ ਬਿਦਾਰੇ ਕਹੀਏ ਦੂਰ ਕਰ ਦਿੱਤੇ ਹਨ। ਪਾਰਬ੍ਰਹਮ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਬਖਸ਼ ਲਿਆ ਹੈ, ਜਿਸ ਕਰਕੇ ਸਾਰੇ ਸਿੱਖਾਂ ਦੇ ਅਗਿਆਨ ਹਉਮੈ ਆਦਿਕ ਦੇ ਰੋਗ ਦੂਰ ਕਰ ਦਿੱਤੇ ਹਨ। ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ। ਪੂਰਨ ਸਤਿਗੁਰਾਂ ਦੀ ਸਰਣੀ ਓਟ ਵਿੱਚ ਪੈ ਕੇ ਦੁੱਖਾਂ ਤੋਂ ਉਭਰੇ ਬਚਾਅ ਹੋਇਆ ਹੈ ਅਤੇ ਸੇਵਕਾਂ ਦੇ ਸਾਰੇ ਲੋਕ ਪ੍ਰਲੋਕ ਦੇ ਕੰਮ ਸੰਵਾਰ ਦਿੱਤੇ ਹਨ, ਕਲਿਆਣ ਕਰਨ ਦੇ ਕਾਰਜ ਸੰਵਾਰ ਦਿੱਤੇ ਹਨ। ਕਿਉਂਕਿ ਸਤਿਗੁਰੂ ਅੱਗੇ ਬੇਨਤੀ ਕਰਦੇ ਹਨ, ਹਰ ਜਨ ਸਿਮਰਿਆ ਨਾਮ ਆਧਾਰ। ਅੱਗੇ ਸਤਿਗੁਰੂ ਕਿਰਪਾ ਕਰ ਰਹੇ, ਪਰਮੇਸ਼ਰ ਦੇ ਜਨ ਦਾਸਾਂ ਨੇ ਵਾਹਿਗੁਰੂ ਦੇ ਨਾਮ ਦਾ ਆਸਰਾ ਲੈ ਕੇ ਦਿਲ ਦੀ ਭਾਵਨਾ ਨਾਲ ਸਿਮਰਿਆ ਯਾਦ ਕੀਤਾ ਹੈ। ਤਾਪ ਉਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰ ਰਹਾਉ। ਹੇ ਭਾਈ, ਪੂਰਿਆਂ ਸਤਿਗੁਰਾਂ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਪ ਬੁਖਾਰ ਉਤਾਰ ਦਿੱਤਾ ਹੈ, ਸਿੱਖਾਂ ਦਾ ਆਦੀ ਵਿਆਦੀ ਉਪਾਧੀ ਰੂਪ ਤਾਪ ਉਤਾਰ ਦਿੱਤਾ ਹੈ। ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਹੇ ਆ। ਸਦਾ ਆਨੰਦ ਕਰੈ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ। ਹੇ ਮੇਰੇ ਪਿਆਰੇ ਪਿਆਰਿਓ, ਅਸੀਂ ਹਮੇਸ਼ਾ ਹੀ ਸੁੱਖ ਸਰੂਪ ਦੇ ਆਨੰਦ ਨੂੰ ਮਾਨਣਾ ਕਰਦੇ ਹਾਂ, ਕਿਉਂਕਿ ਗੋ ਪ੍ਰਿਥਵੀ ਦੇ ਵਿੰਦ ਪਾਲਕ ਪਰਮੇਸ਼ਰ ਦਾ ਸਰੂਪ ਪੂਰੇ ਸਤਿਗੁਰਾਂ ਨੇ ਹਰ ਗੋਬਿੰਦ ਨੂੰ ਰੱਖ ਲਿਆ ਹੈ। ਹਰ ਗੋਬਿੰਦ ਦੀ ਪੂਰਿਆਂ ਗੁਰਾਂ ਨੇ ਰੱਖਿਆ ਕੀਤੀ ਹੈ। ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤ ਭਾਖਿਆ। ਸਤਿਗੁਰੂ ਨਾਨਕ ਦੇਵ ਜੀ ਕਰਤਾਰ ਸਰੂਪ ਦੀ ਵੱਡੀ ਵਡਿਆਈ ਮਹਿਮਾ ਹੈ, ਕਿਉਂਕਿ ਉਹਨਾਂ ਨੇ ਸੱਚਾ ਗੁਰਬਾਣੀ ਦਾ ਸ਼ਬਦ ਉਪਦੇਸ਼ ਸਤ ਨਿਸ਼ਚੇ ਕਰਕੇ ਭਾਖਿਆ ਉਚਾਰਿਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਕਰਤੇ ਰਚਣਹਾਰ ਪਰਮੇਸ਼ਰ ਦੀ ਸਭ ਤੋਂ ਵੱਡੀ ਮਹਿਮਾ ਹੈ ਇਹ, ਅਸੀਂ ਸਤ ਨਿਸ਼ਚੇ ਕਰਕੇ ਸੱਚਾ ਉਪਦੇਸ਼ ਭਾਖਿਆ ਕਥਨ ਕੀਤਾ ਹੈ। ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ। ਜਿਸ ਵੇਲੇ ਮੇਰੇ ਸਾਡੇ ਸੁਆਮੀ ਮਾਲਕ ਪਰਮੇਸ਼ਰ ਜੀ ਕਿਰਪਾਲੂ ਦਿਆਲੂ ਹੋਏ, ਉਸ ਵੇਲੇ ਅਸੀਂ ਸੱਚੇ ਸਾਧ ਸੰਗਤ ਰੂਪੀ ਦਰਬਾਰ ਦੀ ਸ਼ਰਨ ਵਿੱਚ ਪੈਣਾ ਕੀਤਾ ਹੈ। ਸਤਿਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ। ਹੇ ਭਰਾਵੋ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਪ ਸਿੱਖਾਂ ਦਾ ਆਦੀ ਵਿਆਦੀ ਉਪਾਧੀ ਰੂਪ ਤਾਪ ਗਵਾ ਦਿੱਤਾ ਤਾਂ ਸਾਡੇ ਭਾਣੇ ਸਾਰੇ ਜਗਤ ਵਿੱਚ ਮਹਾਰਾਜ ਨੇ ਠੰਡ ਭਾਵ ਸ਼ਾਂਤੀ ਪਾ ਦਿੱਤੀ ਹੈ। ਆਪਣੇ ਜੀ ਅਜੰਤ ਆਪੇ ਰਾਖੇ ਜਮਹਿ ਕੀਓ ਹਟਤਾਰ। ਹੇ ਭਾਈ, ਵਾਹਿਗੁਰੂ ਨੇ ਆਪਣੇ ਛੋਟੇ ਜੀਵ ਜੰਤ ਵੱਡੇ ਜੀਵ ਸੂਖਮ ਸਥੂਲ ਜੀ ਜਨਤਾ ਭਾਵ ਛੋਟੇ ਵੱਡੇ ਸੇਵਕਾਂ ਦੀ
ਆਪ ਹੀ ਰੱਖਿਆ ਕੀਤੀ ਹੈ ਅਤੇ ਜਮਾਂ ਦੇ ਤਾਈਂ ਹਟ ਤਾਰ ਹੜਤਾਲ ਜਮਾਂ ਨੂੰ ਤਾੜ ਕਰਕੇ ਹਟਾ ਦਿੱਤਾ ਹੈ। ਜਮਾਂ ਦਾ ਆਉਣਾ ਹਟਤਾਰ ਬੰਦ ਕਰ ਦਿੱਤਾ ਹੈ। ਹਟਤਾਰ ਤਾਰ ਤਾਰਨ ਵਾਲੇ ਪਰਮੇਸ਼ਰ ਨੇ ਜੱਗ ਦੇ ਤਾਈਂ ਹਟ ਰੋਕ ਦਿੱਤਾ ਕਿਉਂਕਿ ਹਰ ਕੇ ਚਰਨ ਹਿਰਦੈ ਉਰ ਧਾਰ। ਅਸੀਂ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਹਿਰਦੇ ਦੇ ਅੰਦਰ ਧਾਰਿਆ ਵਸਾਇਆ ਹੈ। ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁੱਖ ਕਿਲਬਿਕ ਕਾਟਣ ਹਾਰ ਰਹਾਉ। ਹੇ ਭਰਾਵੋ, ਹਮੇਸ਼ਾ ਹਮੇਸ਼ਾ ਭਾਵ ਨਿਤਾ ਪ੍ਰਤੀ ਪਰਮੇਸ਼ਰ ਦਾ ਸਿਮਰੀਐ ਸਿਮਰਨ ਕਰੀਏ, ਜੋ ਜੰਮਣ ਮਰਨ ਦੇ ਦੁੱਖ ਅਤੇ ਚਾਰ ਪ੍ਰਕਾਰ ਦੇ ਕਿਲਬਿਖ ਪਾਪਾਂ ਨੂੰ ਕਾਟਣ ਹਾਰ ਕੱਟਣ ਵਾਲਾ ਹੈ। ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਹੇ ਆ। ਤਿਸ ਕੀ ਸਰਣੀ ਉਬਰੈ ਭਾਈ ਜਿਨ ਰਚਿਆ ਸਭ ਕੋਏ। ਹੇ ਭਾਈ ਭਰਾਵੋ, ਉਸ ਵਾਹਿਗੁਰੂ ਦੀ ਸਰਣੀ ਓਟ ਪੈ ਕਰਕੇ ਉਬਰੈ ਬਚਾ ਹੁੰਦਾ ਹੈ, ਜਿਸ ਨੇ ਸਭ ਕੋਈ ਸੰਸਾਰ ਵਿੱਚ ਰਚਨਾ ਕੀਤਾ ਹੈ। ਕਰਨ ਕਾਰਨ ਸਮਰੱਥ ਸੋ ਭਾਈ ਸੱਚੈ ਸੱਚੀ ਸੋਏ। ਹੇ ਭਰਾਵੋ, ਸਾਰਿਆਂ ਕਰਨ ਕਾਰਨ ਕਾਰਜਾਂ ਨੂੰ ਕਰਨ ਵਾਲੇ ਸਰਬ ਸ਼ਕਤੀਵਾਨ ਉਸ ਸੱਚੇ ਪਰਮੇਸ਼ਰ ਦੀ ਲੋਕ ਪ੍ਰਲੋਕ ਦੇ ਵਿੱਚ ਸੱਚੀ ਸ਼ੋਭਾ ਹੈ। ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੀਤਲ ਹੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਰਾਵੋ, ਉਸ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ, ਜਿਸ ਨਾਲ ਮਨ ਹਿਰਦਾ ਵਾਸ਼ਨਾ ਵੱਲੋਂ ਅਤੇ ਤਨ ਸਰੀਰ ਵਿਕਾਰਾਂ ਦੇ ਭੋਗਣ ਵੱਲੋਂ ਸੀਤਲ ਠੰਡਾ ਭਾਵ ਸ਼ਾਂਤ ਹੋ ਜਾਂਦਾ ਹੈ। ਸੋਰਠ ਮਹੱਲਾ ਪੰਜਵਾ, ਸੰਤੋ ਹਰ ਹਰ ਨਾਮ ਧਿਆਈ। ਹੇ ਸੰਤ ਜਨੋ, ਅਧਿਕਾਰੀਓ, ਗੁਰਸਿੱਖੋ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਧਿਆਉਣਾ ਕਰੀਏ ਅਤੇ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦ ਅੜਾ ਫਲ ਪਾਈ ਰਹਾਉ। ਉਹ ਸੁਖ ਆਨੰਦ ਦਾ ਸਾਗਰ ਸਮੁੰਦਰ ਪਰਮੇਸ਼ਰ ਆਪਾਂ ਨੂੰ ਕਦੇ ਭੁੱਲੇ ਨਾ, ਜਿਸ ਕਰਕੇ ਆਪਾਂ ਮਨ ਇੱਛਤ ਬ੍ਰਹਮ ਗਿਆਨ ਰੂਪੀ ਫਲ ਪਾ ਲਈਏ। ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ। ਹੇ ਸੰਤ ਜਨੋ, ਜਦੋਂ ਪੂਰਿਆਂ ਸਤਿਗੁਰਾਂ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕੀਤੀ ਤਾਂ ਗੁਰੂ ਹਰਗੋਬਿੰਦ ਜੀ ਦਾ ਤਾਪ ਗਵਾ ਦਿੱਤਾ। ਸੇਵਕਾਂ ਦਾ ਆਦਿ ਵਿਆਦੀ ਉਪਾਧੀ ਰੂਪ ਤਾਪ ਗਵਾ ਦਿੱਤਾ। ਪਾਰ ਬ੍ਰਹਮ ਪ੍ਰਭ ਭਏ ਦਇਆਲਾ, ਦੁੱਖ ਮਿਟਿਆ ਸਭ ਪਰਵਾਰੀ। ਪਾਰ ਬ੍ਰਹਮ ਪਰਮੇਸ਼ਰ ਜੀ ਕਿਰਪਾਲੂ ਹੋਏ ਤਾਂ ਸਾਰੇ ਪਰਿਵਾਰੀ ਪਰਿਵਾਰ ਦਾ ਦੁੱਖ ਮਿਟ ਗਿਆ, ਸਾਰੇ ਸਿੱਖ ਸੰਗਤਾਂ ਰੂਪ ਪਰਿਵਾਰ ਦਾ ਦੁੱਖ ਮਿਟ ਗਿਆ। ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ। ਸਾਰੇ ਗੁਣਾਂ ਦੇ ਨਿਧਾਨ ਖਜ਼ਾਨੇ ਪਰਮੇਸ਼ਰ ਦਾ ਮੰਗਲ ਜਸ ਗਾਉਣ ਕਰਕੇ ਰਸ ਪ੍ਰੇਮ ਰੂਪਾ ਸਰੂਪ ਦੀ ਪ੍ਰਾਪਤੀ ਹੋਈ ਹੈ, ਕਿਉਂਕਿ ਅਸੀਂ ਕੇਵਲ ਇੱਕ ਪਰਮੇਸ਼ਰ ਦਾ ਨਾਮ ਹੀ ਆਸਰਾ ਸਮਝਿਆ ਹੈ। ਹੇ ਸੰਤ ਜਨੋ, ਸਾਡਾ ਪਰਮੇਸ਼ਰ ਦਾ ਨਾਮ ਹੀ ਆਸਰਾ ਹੈ, ਜਿਸ ਕਰਕੇ ਸਾਰੇ ਗੁਣਾਂ ਦੇ ਨਿਧਾਨ ਖਜ਼ਾਨੇ ਮੰਗਲ ਖੁਸ਼ੀਆਂ ਅਤੇ ਪ੍ਰੇਮ ਸਰੂਪ ਦੀ ਪ੍ਰਾਪਤੀ ਹੋਈ ਹੈ।
ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਐਸੀ ਪਰਮਾਤਮਾ ਨੇ ਆਪਣੇ ਜਾਣ ਕੇ ਪਤ ਇੱਜ਼ਤ ਰੱਖਣਾ ਕੀਤੀ ਹੈ, ਸਾਰੇ ਜਗਤ ਦਾ ਉਧਾਰ ਹੋ ਗਿਆ ਹੈ। ਸੋਰਠ ਮਹੱਲਾ ਪੰਜਵਾ, ਮੇਰਾ ਸਤਿਗੁਰ ਰਖਵਾਲਾ ਹੋਆ। ਹੇ ਭਾਈ, ਸਾਡਾ ਸਤਿਗੁਰੂ ਰੱਖਿਆ ਕਰਨ ਵਾਲਾ ਹੋਇਆ ਹੈ, ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ। ਹਰ ਗੋਬਿੰਦ ਨਵਾਂ ਨਰੋਆ ਰਹਾਉ। ਜਿਸ ਵੇਲੇ ਪਰਮੇਸ਼ਰ ਨੇ ਕਿਰਪਾ ਮੇਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਹੱਥ ਦੇ ਕੇ ਰੱਖਣਾ ਕੀਤਾ ਤਾਂ ਹਰ ਗੋਬਿੰਦ ਗੁਰੂ ਹਰਗੋਬਿੰਦ ਜੀ ਨਵਾਂ ਨਵੀਨ ਸਰੂਪ ਵਾਲੇ ਨਰੋਆ ਅਰੋਗ ਹੋ ਗਏ। ਜਦੋਂ ਪਰਮੇਸ਼ਰ ਨੇ ਆਪਣੇ ਸੇਵਕਾਂ ਦੇ ਅੰਤਹਿਕਰਨ ਰੂਪੀ ਮੱਥੇ 'ਤੇ ਕਿਰਪਾ ਰੂਪੀ ਹੱਥ ਰੱਖਿਆ ਤਾਂ ਸਾਰਿਆਂ ਦੇ ਹਿਰਦੇ ਵਿੱਚ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦਾ ਨਾਮ ਵਸਣੇ ਕਰਕੇ ਅਗਿਆਨ ਆਦਿ ਰੋਗ ਦੇ ਮਿਟਣੇ ਕਰਕੇ ਅਰੋਗ ਹੋ ਗਏ ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਪਰਮੇਸ਼ਰ ਸਰੂਪ ਆਪ ਸਤਿਗੁਰਾਂ ਨੇ ਗੁਰੂ ਹਰਗੋਬਿੰਦ ਜੀ ਦਾ ਤਾਪ, ਸੇਵਕਾਂ ਦਾ ਆਦੀ ਵਿਆਦੀ ਉਪਾਧੀ ਤਾਪ ਮਿਟਾਇਆ ਤਾਂ ਤਾਪ ਦੂਰ ਚਲਾ ਗਿਆ ਅਤੇ ਆਪਣੇ ਜਨ ਦਾਸਾਂ ਸੇਵਕਾਂ ਦੀ ਆਪ ਇੱਜ਼ਤ ਰੱਖਣਾ ਕੀਤੀ ਹੈ ਅਤੇ ਸਾਧ ਸੰਗਤ 'ਤੇ ਸਭ ਫਲ ਪਾਏ। ਸਤਿਗੁਰ ਕੈ ਬਲ ਜਾਈ। ਇਹ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸਤਸੰਗਤ ਦੀ ਕਿਰਪਾ ਤੋਂ ਹੀ ਸਾਰੇ ਧਰਮ ਅਰਥ ਕਾਮ ਮੋਖ ਫਲ ਪਾਉਣੇ ਕੀਤੇ ਹਨ, ਜਿਸ ਕਰਕੇ ਅਸੀਂ ਸਤਿਗੁਰਾਂ ਦੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲ ਕਹੀਏ ਬਲਹਾਰ ਕੁਰਬਾਨ ਜਾਂਦੇ ਹਾਂ। ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਪ੍ਰਭ ਪਰਮੇਸ਼ਰ ਸਰੂਪ ਗੁਰਾਂ ਨੇ ਆਪਣੇ ਸੇਵਕਾਂ ਦੇ ਹਲਤ ਲੋਕ ਪ੍ਰਲੋਕ ਦੇ ਦੋਵਾਂ ਥਾਵਾਂ ਦੇ ਹੀ ਕਾਰਜ ਸੰਵਾਰ ਦਿੱਤੇ ਹਨ। ਸਾਡੇ ਗੁਣ ਔਗੁਣ ਦੀ ਕੋਈ ਵੀ ਵਿਚਾਰਿਆ ਵਿਚਾਰ ਨਹੀਂ ਕੀਤੀ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਹੇ ਸਤਿਗੁਰੂ ਨਾਨਕ ਜੀ, ਤੁਹਾਡੇ ਬਚਨ ਅਟਲ ਟਲਣ ਤੋਂ ਰਹਿਤ ਭਾਵ ਅਚਲ ਹਨ ਅਤੇ ਆਪ ਜੀ ਸਫਲ ਸਹਿਤ ਗਿਆਨ ਫਲ ਦੇ ਆਪਣਾ ਕਿਰਪਾ ਰੂਪੀ ਕਰਨਾਮ ਹੱਥ ਸਾਡੇ ਸੇਵਕਾਂ ਦੇ ਅੰਤਹਿ ਕਰ ਰੂਪੀ ਮੱਥੇ 'ਤੇ ਧਾਰਿਆ ਕਹੀਏ ਰੱਖਣਾ ਕੀਤਾ ਹੈ। ਵਾਹਿਗੁਰੂ 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 ਵਾਹਿਗੁਰੂ।
ਵਾਹੇ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।